ਤੁਸੀਂ ਮਿੱਕੀ ਸਾਹਿਬ ਦੇ ਕੋਲ ਆਇਆ ਜੀ, ਗੱਲ ਕਰਾਂਗੇ ਇਹਨਾਂ ਨੂੰ, ਪੁੱਛਾਂਗੇ ਕਿ ਕੀ ਹਾਲ ਹੈ ਦਿਵਾਲੇ ਸਾਹਿਬ ਦੀਆਂ ਮਿੱਠੀਆਂ ਯਾਦਾਂ ਨੂੰ ਯਾਦ ਕਰਾਂਗੇ ਜੀ। ਵਿੱਕੀ ਬਾਈ ਕੀ ਹਾਲ ਹੈ, ਠੀਕ ਹੋ? ਠੀਕ ਠਾਕ ਜ਼ਰਗੁਣ ਬੇਟਾ, ਤੂੰ ਸੁਣਾ ਠੀਕ ਠਾਕ ਹੈ? ਸ਼ੁਕਰ ਅੱਲਾ ਦਾ, ਬਸ ਮੌਲਾ ਦਾ ਬੜਾ ਕਰਮ ਹੈ ਅੱਲਾ ਦਾ। ਹੋਰ ਸੁਣਾਓ, ਠੀਕ ਠਾਕ ਹੋ ਤੁਸੀਂ? ਮੈਂ ਠੀਕ ਬੇਟਾ, ਜ਼ਬਰਦਸਤ, ਫਸਟ ਕਲਾਸ। ਵਾਲੇ ਸਾਹਿਬ ਦੀ ਕੋਈ ਪਿਆਰੀ ਯਾਦ ਤਾਂ ਕੋਈ ਸ਼ੇਅਰ ਕਰੋਗੇ? ਮੇਰੇ ਨਾਲ ਕੋਈ ਉਹਨਾਂ ਦੀ ਇੱਕ ਯਾਦ ਨਹੀਂ, ਮੇਰੇ ਨਾਲ ਤਾਂ ਉਹਨਾਂ ਦੀਆਂ ਬਹੁਤ ਯਾਦਾਂ ਨੇ। ਮਤਲਬ ਮੈਂ ਜਦੋਂ ਦਾ ਪਹਿਲੇ ਦਿਨ ਫੀਲਡ 'ਚ ਆਇਆ ਸੀ ਅਤੇ ਮੇਰਾ ਪਹਿਲਾ ਡਰਾਮਾ ਹੀ ਅਮਾਨ ਸਾਹਿਬ ਦੇ ਨਾਲ ਸੀ, ਫੈਸਲਾਬਾਦ ਰੂਪ ਤੇਰਾ ਬਹਿਰੂਪ ਮੇਰਾ, ਅਤੇ ਮੈਂ ਉਹਨਾਂ ਨੂੰ ਜਦੋਂ ਫਸਟ ਟਾਈਮ ਪਹਿਲੀ ਜੁਗਤ ਕੀਤੀ ਅਤੇ ਬਗੈਰ ਕਿਸੇ ਇੰਟਰੀ ਤੋਂ ਕੀਤੀ ਸੀ, ਆਡੀਅੰਸ ਨੇ ਫਰਮਾਇਸ਼ ਕੀਤੀ ਸੀ ਕਿ ਆਪਣਾ ਵਿੱਕੀ ਨੂੰ ਬੁਲਾਓ। ਜਦੋਂ ਖਾਨ ਸਾਹਿਬ ਦੀ ਇੰਟਰੀ ਹੋ ਗਈ ਨਾ ਸਟੇਜ ਦੇ ਉੱਤੇ, ਖਾਨ ਸਾਹਿਬ ਨੂੰ ਖੜੇ ਹੋ ਕੇ ਲੋਕਾਂ ਨੇ ਕਲੈਪ ਕੀਤੀ, 1200 ਬੰਦਾ ਬੈਠਾ ਸੀ, ਫੈਸਲਾਬਾਦ ਗਏ ਸਾਨੂੰ, ਅਤੇ ਉਹਨਾਂ ਨੇ ਨਾ ਆਪਣਾ ਇੱਕ ਗੈਟਅਪ ਕੀਤਾ ਸੀ ਕੈਦੀ ਦਾ, ਚਿੱਟੇ ਵਾਲ ਕੀਤੇ ਉਹਦੇ ਨਾਲ, ਕੈਦੀਆਂ ਵਾਲੇ ਕੱਪੜੇ ਪਾਏ ਨੇ, ਅਤੇ ਕਹਿੰਦੇ ਜੀ ਚਾਚਾ ਜੇਲ੍ਹ 'ਚੋਂ ਆਇਆ, ਚਾਚਾ ਜੇਲ੍ਹ 'ਚੋਂ ਆਇਆ। ਉਹ ਚਾਚਾ ਜਦੋਂ ਇੰਟਰ ਹੋਇਆ ਤਾਂ ਚਾਚੇ ਨੂੰ ਪੂਰੇ ਫੈਸਲਾਬਾਦ ਨੇ ਖੜੇ ਹੋ ਕੇ ਰਿਸੈਪਸ਼ਨ ਕਲੈਪ ਕੀਤੀ। ਉਸ ਤੋਂ ਬਾਅਦ ਨਾ ਦੋ ਤਿੰਨ ਗੱਲਾਂ ਕੀਤੀਆਂ ਅਤੇ ਲੋਕਾਂ ਨੇ ਸ਼ੋਰ ਕਰ ਦਿੱਤਾ ਸ਼ੁਰੂ ਕਰ, ਜੀ ਵਿੱਕੀ ਨੂੰ ਬੁਲਾਓ। ਮੇਰਾ ਪਹਿਲਾ ਡਰਾਮਾ ਸੀ ਅਤੇ ਮੈਂ ਅੰਦਰ ਚਲਾ ਗਿਆ, ਮੈਂ ਅੰਦਰ ਜਾ ਖੜਾ ਹੋ ਗਿਆ, ਅਤੇ ਮੈਂ ਰਿਹਾ ਸੀ ਅਤੇ ਇੰਨਾ ਹੀ ਕਾਫੀ ਸੀ ਕਿ ਮੈਂ ਅਮਾਨੁੱਲਾ ਵੇਖ ਲਿਆ, ਅਤੇ ਦੂਸਰਾ ਨਾਲ ਕੰਮ ਕਰਨਾ ਤਾਂ ਬੜੀ ਵੱਡੀ ਗੱਲ ਸੀ, ਅਤੇ ਮੈਂ ਇਸ ਤਰ੍ਹਾਂ ਖੜਾ ਹੋ ਕੇ ਵੇਖ ਰਿਹਾ ਅਤੇ ਮੈਂ ਹੱਸਿਆ ਨਹੀਂ ਕਰਕੇ, ਅਤੇ ਮੈਨੂੰ ਕਹਿੰਦੇ ਬੜੇ ਦੰਦ ਕੱਢਣੇ ਡੈਂ ਡੰਡੋਨਕ ਵਾਲਿਆਂ ਦਾ ਮੁੰਡਾ। ਮੈਂ ਕਿਹਾ ਡੰਡੋਨਕ ਵਾਲਿਆਂ ਦਾ ਮੁੰਡਾ, ਮੈਂ ਤਾਂ ਸਾਡੀ ਕਮਰਸ਼ੀਅਲ 'ਚ ਕੰਮ ਤੂੰ ਕੀਤਾ, ਬੋਰਡ ਪਿੱਛੋਂ ਨਿਕਲ ਕੇ ਕਰਨਾ ਕੀ। ਉਹਦੀ ਕਲੈਪ ਹੋਈ ਅਤੇ ਅਮਾਨ ਸਾਹਿਬ ਨਾਲ ਉੱਚੀ ਉੱਚੀ ਹੱਸਣ ਲੱਗ ਪਿਆ, ਮੈਂ ਨਾ ਜੱਫੀ ਪਾ ਲਈ, ਅਤੇ ਜੱਫੀ ਪਾ ਕੇ ਮੈਨੂੰ ਕਹਿੰਦੇ ਨੇ ਆਪਣਾ ਉਹ ਯਾਰ ਤੂੰ ਤਾਂ ਬੜਾ ਸ਼ਰਾਰਤੀ ਆਦਮੀ, ਤੂੰ ਤਾਂ ਬੜਾ ਵਿੱਟੀ ਹੈ। ਅਤੇ ਉਸ ਤੋਂ ਬਾਅਦ ਨਾ ਹੋਟਲ ਚਲਾ ਗਿਆ ਸੀ, ਹੋਟਲ ਗਏ ਅਤੇ ਰਾਤ ਨੂੰ ਨਾ ਹੋਟਲ 'ਚ ਰੋਣ ਲੱਗ ਪਿਆ। ਮੈਨੂੰ ਕਹਿੰਦੇ ਵਿੱਕੀ ਮੈਂ ਤੈਨੂੰ ਗੱਲ ਦੱਸਾਂ, ਮੇਰੀ ਜ਼ਿੰਦਗੀ 'ਚ ਬੜੇ ਬੜੇ ਵੱਡੇ ਕਹਿੰਦਾ ਐਸੇ ਦਿਨ ਆਏ ਨੇ ਜਿਸ 'ਚ ਮੈਨੂੰ ਬੜੀਆਂ ਇਸਤਾਂ ਮਿਲੀਆਂ ਨੇ, ਲੇਕਿਨ ਆ ਜਿਹੜੀ ਮੈਂ ਤੇਰੀ ਰਾਤ ਵੇਖੀ ਹੈ ਨਾ, ਮੈਨੂੰ ਇਹਦੀ ਬੜੀ ਖੁਸ਼ੀ ਹੋਈ ਹੈ, ਅਤੇ ਹੁਣ ਮੈਂ ਤੇਰੇ ਨਾਲ ਡਰਾਮਾ ਕਰਕੇ ਚਲਾ ਜਾਵਾਂਗਾ, ਅਗਲੇ ਡਰਾਮੇ ਤੇਰੇ ਪੈਸੇ ਵੱਧ ਜਾਣਗੇ, ਤੂੰ ਜਦੋਂ ਜਦੋਂ ਮੇਰੇ ਨਾਲ ਕੰਮ ਕਰੇਗਾ ਤੇਰੇ ਉਦੋਂ ਉਹਦੇ ਪੈਸੇ ਵਧਣਗੇ। ਔਰ ਜ਼ਿੰਦਗੀ 'ਚ ਇਸੇ ਤਰ੍ਹਾਂ ਹੀ ਹੋਇਆ ਜ਼ਰਗੂਨ, ਮੈਂ ਜਦੋਂ ਉਹਨਾਂ ਨਾਲ ਕੰਮ ਕੀਤਾ ਮੇਰੀ ਪੇਮੈਂਟ ਉਸੇ ਵੇਲੇ ਵਧੀ, ਉਹ ਬਾਂਹ ਫੜ ਕੇ ਖੜੀ ਕਰ ਦਿੰਦੇ ਸਨ, ਅਤੇ ਉਹਨਾਂ ਦਾ ਇੱਕ ਪੈਟ ਸਟਾਈਲ ਸੀ ਜਿਹੜਾ ਉਹਨਾਂ ਨੂੰ ਪਸੰਦ ਆ ਜਾਂਦਾ ਸੀ। ਜਿਹੜੀ ਸਭ ਤੋਂ ਵੱਡੀ ਕੁਆਲਿਟੀ ਸੀ ਨਾ ਅਮਾਨੁੱਲਾ ਖਾਨ ਸਾਹਿਬ ਦੀ, ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਮੈਂ ਉਹਨਾਂ ਨੂੰ ਨਾ ਐਕਟਰਾਂ ਦੇ ਜ਼ੁਮਰੇ 'ਚ ਲੈਂਦਾ, ਨਾ ਮੈਂ ਉਹਨਾਂ ਨੂੰ ਸੀਨੀਅਰ ਦੇ ਜ਼ੁਮਰੇ 'ਚ ਲੈਂਦਾ, ਮੈਂ ਉਹਨਾਂ ਨੂੰ ਲੈਂਦਾ ਸਾਇੰਸਦਾਨ ਦੇ ਜ਼ੁਮਰੇ 'ਚ, ਕਿ ਉਹ ਇਸ ਕੰਮ ਦਾ ਸਾਇੰਸਦਾਨ ਸੀ ਅਤੇ ਚੀਜ਼ਾਂ ਇਜਾਦ ਕਰਨ ਵਾਲਾ ਸੀ ਉਹ ਭਾਈ, ਅਤੇ ਉਹ ਚੀਜ਼ਾਂ ਇਜਾਦ ਕਰਕੇ ਬਹੁਤ ਜ਼ਿਆਦਾ ਚੀਜ਼ਾਂ, ਬਹੁਤ ਸਾਰੇ ਕੁਲੀਏ ਦੇ ਗਿਆ ਇਸ ਥੀਏਟਰ ਨੂੰ, ਇਸ ਥੀਏਟਰ ਦੀ ਸ਼ਕਲ ਨੂੰ। ਅੱਜ ਪੂਰੀ ਦੁਨੀਆ 'ਤੇ ਅਗਰ ਕਿਧਰੇ ਵੀ ਕਾਮੇਡੀ ਹੋ ਰਹੀ ਹੈ ਪੰਜਾਬੀ 'ਚ ਜਾਂ ਉਰਦੂ 'ਚ, ਕੋਈ ਬੰਦਾ ਵੀ ਅਮਾਨੁੱਲਾ ਦੀ ਗੱਲ ਕੀਤਿਓ ਬਗੈਰ ਹਸਾ ਨਹੀਂ ਸਕਦਾ, ਅਤੇ ਜੇ ਕੋਈ ਗੱਲ ਕਰੇਗਾ ਕਹੇ ਕਿ ਮੈਂ ਨਵੀਂ ਗੱਲ ਕੀਤੀ ਹੈ ਅਤੇ ਮੇਰੀ ਆਪਣੀ ਗੱਲ ਹੈ, ਬਿਲਕੁਲ ਮੈਂ ਤਾਂ ਇਸ ਗੱਲ ਦੇ ਉੱਤੇ ਬਿਲਕੁਲ ਐਗਰੀ ਨਹੀਂ ਕਰਦਾ, ਕਿਉਂਕਿ ਉਹਦੀ ਕਿਧਰੇ ਨਾ ਕਿਧਰੇ ਸ਼ਕਲ ਜਿਹੜੀ ਹੈ ਨਾ ਅਮਾਨੁੱਲਾ ਖਾਨ ਸਾਹਿਬ ਦੇ ਗੱਲ ਦੇ ਨਾਲ ਜ਼ਰੂਰ ਮਸ ਕਰਕੇ ਆਏਗੀ। ਅਤੇ ਬਾਕੀ ਜ਼ਿੰਦਗੀ ਦੇ ਬਹੁਤ ਜ਼ਿਆਦਾ ਟਰੈਵਲ ਮੈਂ ਉਹਨਾਂ ਦੇ ਨਾਲ ਕੀਤੇ ਨੇ, ਮਤਲਬ ਅਸੀਂ ਯੂਰਪ ਵੀ, ਅਮੈਰੀਕਾ ਵੀ, ਕੈਨੇਡਾ ਵੀ, UK ਵੀ, ਫਿਰ ਸਭ ਤੋਂ ਮੁਬਾਰਕ ਜਿਹੜਾ ਸਫ਼ਰ ਹੈ ਸਾਡਾ ਹਜ ਦਾ, ਉਹ ਵੀ ਅਸੀਂ ਇਕੱਠਿਆਂ ਕੀਤਾ ਹੋਇਆ, ਬਲਕਿ ਤੂੰ ਵੀ ਨਾਲ ਸੀ ਉਸ ਵੇਲੇ, ਤੂੰ ਵੀ ਅਸੀਂ ਇਕੱਠਿਆਂ ਹੀ ਹਜ ਕੀਤਾ ਵਾਲਾ। ਅਤੇ ਮਾਸ਼ਾਅੱਲਾ ਅਮਾਨੁੱਲਾ ਸਾਹਿਬ ਦੇ ਨਾਲ ਮਤਲਬ ਕੋਈ ਇੱਕ ਦਿਨ ਦੀ ਯਾਦ ਨਹੀਂ, ਕੋਈ ਦੋ ਦਿਨ ਦੀ ਯਾਦ ਨਹੀਂ, ਡੇ 1 ਤੋਂ ਲੈ ਕੇ ਮਤਲਬ ਅੱਜ ਦੀ ਰਾਤ ਤੱਕ ਜਿਹੜਾ ਅਸੀਂ ਆਪਸ 'ਚ ਗੱਲਾਂ ਕਰ ਰਹੇ ਪਏ, ਉਹਨਾਂ ਦੇ ਨਾਲ ਯਾਦਾਂ ਹੀ ਯਾਦਾਂ ਨੇ ਅਮਾਨੁੱਲਾ ਸਾਹਿਬ ਦੇ ਨਾਲ। ਅਤੇ ਐਸਾ ਨਡਰ ਭਾਈ, ਐਸਾ ਕ੍ਰੀਏਟਿਵ ਭਾਈ, ਔਰ ਮੈਂ ਉਹਨਾਂ ਦੇ ਬਾਰੇ ਕਹਿਣਾ ਹੁੰਦਾ ਸੀਗਾ, ਥੀਏਟਰ ਦੇ ਉੱਤੇ ਨਾ ਉਹ ਕਿਸੇ ਕੋਲ ਡਰਦੇ ਸਨ, ਨਾ ਉਹ ਕਿਸੇ ਕੋਲ ਸੜਦੇ ਸਨ, ਇਹ ਦੋ ਕੁਆਲਿਟੀਆਂ ਬੜੀਆਂ ਵੱਡੀਆਂ ਸਨ, ਅਤੇ ਹਰ ਆਉਣ ਵਾਲੇ ਜੂਨੀਅਰ ਵਾਸਤੇ ਉਹ ਇਸ ਤਰ੍ਹਾਂ ਦਾ ਪੁੱਲ ਦਾ ਕਿਰਦਾਰ ਅਦਾ ਕਰਦੇ ਸਨ ਕਿ ਯਾਰ ਫਟਾਫਟ ਕੁਛ ਨਾ ਕੁਛ ਬਣ ਜਾਏ, ਅਤੇ ਉਹ ਬਣ ਵੀ ਜਾਂਦਾ ਸੀ ਬੰਦਾ। ਅਤੇ ਕ੍ਰੀਏਸ਼ਨ, ਵੇਰੀਏਸ਼ਨ, ਉਹਨਾਂ ਦੀ ਰਿਸਰਚ, ਉਹਨਾਂ ਦਾ ਮਤਲਬ ਕੌਮੇਡੀ 'ਚ ਫਲਸਫਾ ਬੋਲਣਾ, ਉਹਨਾਂ ਦਾ ਸਟੋਰੀ ਨੂੰ ਸਮਝਾਉਣਾ, ਮਤਲਬ ਇੱਕ ਇੱਕ ਚੀਜ਼, ਮਤਲਬ ਸਾਡੇ ਕੋਲ ਵਰਡ ਨਹੀਂ ਬਣ ਸਕਦੇ ਜਿਹੜਾ ਉਹ ਕੰਮ ਕਰ ਗਏ ਨੇ। ਜਾਨ ਕੀ ਮਾਨ ਪਾਉਂ ਤੇ ਇੱਕ ਬਾਤ ਕਹੂੰ, ਬੜਾ ਤੁਹਾਡਾ ਟਰਾਲੀ ਦੇ ਹਾਰਨ ਵਰਗਾ ਮੂੰਹ ਹੈ, ਬਾਹੂਆਂ ਬਾਹੂਆਂ ਬਾਹੂਆਂ। ਤੇਰੇ ਅੱਬੂ ਇਹ ਗੱਲ ਕਹਿੰਦੇ ਹੁੰਦੇ ਸਨ ਮੈਨੂੰ, ਅਮੂਮਨ ਮੈਨੂੰ ਜੁਗਤ, ਮੈਨੂੰ ਕਹਿੰਦੇ ਤੇਰਾ ਪੋਲਾ ਜਿਹਾ ਮੂੰਹ ਹੈ, ਤੇਰੇ ਮੂੰਹ ਤੇ ਜੁਗਤ ਨਹੀਂ ਹੋ ਸਕਦਾ। ਉਸਦਾ ਲੱਗਿਆ ਮੈਨੂੰ ਬੰਦ ਮੁੱਤੀ ਹੁੰਦੀ ਹੈ। ਵਾਹ ਵਾਹ ਕੀ ਕਹਿੰਦੇ, ਵਾਹ ਵਾਹ ਕੀ ਕਹਿੰਦੇ, ਕਮੇਟੀ ਕਾ